ਪਾਗਲ ਹੈ ਉਹ ਸਭ ਕੁਝ ਮਨਵੀਰ ਨੇ ਮੈਨੂੰ ਆਪ ਦੱਸਿਆ ਸੀ ਚੱਲ ਜੋ ਵੀ ਹੈ ਪਰ ਤੂੰ ਇੰਨੇ ਵੱਡੇ ਮੁੱਦੇ ਨੂੰ ਇੰਨੀ ਆਸਾਨੀ ਨਾਲ ਸੋਲਵ ਕਰਤਾ ਕਿਵੇਂ ਕਰ ਲੈਂਦੀ ਹੈ ਤੂੰ ਮੈਂ ਜੋ ਕੁਝ ਵੀ ਕੀਤਾ ਹੈ ਨਾ ਤੇਰੇ ਲਈ ਤਾਂ ਮਨਵੀਰ ਲਈ ਕੀਤਾ ਹੈ ਮੈਂ ਵਿੱਚ ਕਿੱਥੋਂ ਆ ਗਈ ਕਿਉਂ ਸਤਨਾਮ ਜੀ ਤੇਰੇ ਕੁਛ ਨਹੀਂ ਲੱਗਦੇ ਲੱਗਦੇ ਨੇ ਬਹੁਤ ਕੁਛ ਲੱਗਦੇ ਨੇ ਉਹਨਾਂ ਨੇ ਕਿੰਨਾ ਕੁਛ ਕੀਤਾ ਮੇਰੇ ਲਈ ਬਸ ਫਿਰ ਜਿਨ੍ਹਾਂ ਨੇ ਮੇਰੀ ਖਾਸ ਦੋਸਤ ਲਈ ਇੰਨਾ ਸਭ ਕੁਛ ਕੀਤਾ ਹੋਵੇ ਮੇਰਾ ਵੀ ਤਾਂ ਉਹਨਾਂ ਲਈ ਕੁਛ ਕਰਨ ਦਾ ਫਰਜ਼ ਬਣਦਾ ਹੀ ਹੈ ਨਾ ਨਾਲੇ ਫਿਰ ਮਨਵੀਰ ਉਹ ਤਾਂ ਬਹੁਤ ਖਾਸ ਭਗਤ ਹੈ ਸਾਡੇ ਡੇਰੇ ਦਾ ਸਾਡੇ ਬਹੁਤ ਨੇੜੇ ਹੈ ਉਹਦਾ ਵੀ ਤਾਂ ਬੇੜਾ ਪਾਰ ਲਵਾਉਣਾ ਹੀ ਸੀ ਨਾ ਉਹ ਹੈਲੋ ਤੇਰੀ ਨੀਅਤ ਤਾਂ ਨਹੀਂ ਫਿੱਟ ਰਹੀ ਨਾ ਮਨਵੀਰ ਤੇ ਯਾਰ ਕਿਹਦੀ ਨੀਤ ਨਹੀਂ ਫਿੱਟ ਹੋ ਗਈ ਉਹਨੂੰ ਦੇਖ ਕੇ ਸੋਹਣਾ ਸੁਨੱਖਾ ਮੁੰਡਾ ਹੈ ਇੰਨੀ ਵੱਡੀ ਪੋਲੀਟੀਕਲ ਫੈਮਿਲੀ ਤੋਂ ਬਿਲੋਂਗ ਕਰਦਾ ਹੈ ਕੌਣ ਨੂੰ ਫੇਰੀ ਕੌਣ ਨੂੰ ਦੇਖ ਕੇ ਯਾਰ ਉਹ ਦੋਸਤ ਆ ਮੇਰਾ ਦੋਸਤ ਹੀ ਆ ਨਾ ਕੁਛ ਹੋਰ ਤਾਂ ਨਹੀਂ ਨਾਲੇ ਜੇ ਕੁਛ ਹੋਰ ਹੈਗਾ ਤਾਂ ਦੱਸ ਦੇ ਮੈਂ ਪਿੱਛੇ ਹਟ ਜਾਵਾਂਗੀ ਵੈਸੇ ਹੈ ਤਾਂ ਦੋਸਤ ਹੀ ਪਰ ਦੋਸਤ ਨਾਲੋਂ ਵੱਧ ਕੀ ਆ ਮੇਰੇ ਲਈ ਕੀ ਮਤਲਬ ਕੀ ਚੱਲ ਰਿਹਾ ਤੇਰੇ ਦਿਮਾਗ 'ਚ ਪਤਾ ਨਹੀਂ ਨਾਨਾ ਪਰ ਮਨਵੀਰ ਬੜਾ ਖਾਸ ਹੁੰਦਾ ਜਾ ਰਿਹਾ ਮੇਰੇ ਲਈ ਪਤਾ ਨਹੀਂ ਨਾਨਾ ਕੀ ਹੁੰਦਾ ਜਦੋਂ ਮੇਰੇ ਕੋਲ ਨਹੀਂ ਹੁੰਦਾ ਨਾ ਕੁਛ ਵੀ ਚੰਗਾ ਨਹੀਂ ਲੱਗਦਾ ਅਤੇ ਜਦੋਂ ਕੋਲ ਹੁੰਦਾ ਦੂਰ ਭੇਜਣ ਨੂੰ ਜੀ ਨਹੀਂ ਕਰਦਾ ਕੁਛ ਅਜੀਬ ਜਿਹਾ ਪਰ ਬਹੁਤ ਖਾਸ ਹੁੰਦਾ ਜਾ ਰਿਹਾ ਮੇਰੇ ਲਈ ਤਾਂ ਨਹੀਂ ਖਰਾਬ ਹੋ ਗਿਆ ਸੁਖਜੀਤ ਦਾ ਐਦਾਂ ਕਿੱਦਾਂ ਬਾਈ ਦੀ ਨੀਤ ਤੇ ਸ਼ੱਕ ਕੀਤਾ ਉਹਨੇ ਕੁਝ ਨਹੀਂ ਹੁੰਦਾ ਹਰਪਾਲ ਉਹ ਵਿਚਾਰੀ ਤੇਰੇ ਲਈ ਪਰੇਸ਼ਾਨ ਸੀ ਨਹੀਂ ਬਾਈ ਜੀ ਪਰੇਸ਼ਾਨ ਉਹ ਨਹੀਂ ਪਰੇਸ਼ਾਨ ਤਾਂ ਉਹਦੀ ਮਾਂ ਹੋਣੀ ਆ ਉਹੀ ਕੰਨ ਭਰਦੀ ਰਹਿੰਦੀ ਆ ਉਹਦੀ 24 ਘੰਟੇ ਤੇ ਉਸੇ ਨਹੀਂ ਕਿਹਾ ਹੋਣਾ ਕਿ ਚੁੱਪ ਕਰਕੇ ਇੱਥੇ ਨੂੰ ਆ ਜਾ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਤੂੰ ਹਰਪਾਲ ਇਹੋ ਜਿਹੀ ਕਿਹੜੀ ਮਾਂ ਹੋਊਗੀ ਜਿਹੜੀ ਆਪਣੀ ਧੀ ਦਾ ਹੀ ਘਰ ਖਰਾਬ ਕਰੂਗੀ ਉਹਦੀ ਮਾਂ ਉਹਦੀ ਮਾਂ ਖਰਾਬ ਕਰ ਸਕਦੀ ਆਪਣੀ ਧੀ ਦਾ ਘਰ ਤੁਸੀਂ ਨਹੀਂ ਜਾਣਦੇ ਭਾਬੀ ਜੀ ਮੈਨੂੰ ਪਾਰਟੀ 'ਚ ਅੱਗੇ ਲੈ ਕੇ ਆਉਣ ਦੀ ਸਲਾਹ ਵੀ ਸੁਖਜੀਤ ਦੀ ਮਾਂ ਨੇ ਹੀ ਦਿੱਤੀ ਸੀ ਉਹਨੂੰ ਤੇ ਮੈਂ ਸੁਖਜੀਤ ਦੀਆਂ ਗੱਲਾਂ 'ਚ ਆ ਕੇ ਅੱਗੇ ਆ ਵੀ ਗਿਆ ਸੀ ਆ ਦੇਖ ਲਓ ਨਤੀਜਾ ਤੁਹਾਡੇ ਸਾਹਮਣੇ ਆ ਸਾਰਿਆਂ ਦੇ ਮਸੀਂ ਬਚਿਆ ਮੈਂ ਅੱਜ
ਕੋਈ ਗੱਲ ਨਹੀਂ ਹਰਪਾਲ, ਉਹ ਤੇਰੇ ਲਈ ਹੀ ਸੋਚਦੀ ਸੀ। ਹੁਣ ਜਾ ਸਵੇਰੇ ਜਾ ਕੇ ਲੈ ਆ ਉਹਨੂੰ। ਨਾ ਬਾਈ ਜੀ, ਨਾ, ਮੈਂ ਤਾਂ ਨਹੀਂ ਲੈ ਕੇ ਆਉਂਦਾ ਉਹਨੂੰ। ਨਾਲੇ ਲੈ ਕੇ ਆਉਣਾ ਤਾਂ ਦੂਰ ਦੀ ਗੱਲ, ਮੈਂ ਤਾਂ ਉਹਨੂੰ ਵਾਪਸ ਆਉਣ ਲਈ ਇੱਕ ਫੋਨ ਤੇ ਕਾਲ ਵੀ ਨਹੀਂ ਕਰਦਾ।